ਕੌਂਸਲਰ ਵਿਕਾਸ ਸੋਨੀ ਨੇ ਵਾਰਡ ਨੰਬਰ 70 ਦੇ ਸਤਨਾਮ ਨਗਰ ਦਾ ਦੌਰਾ ਕਰਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਇੱਥੋਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਕਈ ਲੋਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਕਾਂਗਰਸ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਰਮਜੀਤ ਸਿੰਘ ਚੋਪੜਾ, ਰਣਜੀਤ ਸਿੰਘ, ਰਮਨ ਵਿਰਕ ਸਮੇਤ ਕਈ ਲੋਕ ਮੌਜੂਦ ਸਨ। ਇਹ ਆਮ ਆਦਮੀ ਪਾਰਟੀ 'ਚ ਬੜੇ ਸਰਗਰਮ ਔਰ ਮੈਂ ਸਮਝਦਾ ਕਿ ਮੇਰੀ ਇਸ ਵਾਰਡ 'ਚ ਜੇ ਕੋਈ ਆਮ ਆਦਮੀ ਪਾਰਟੀ ਦੀ ਮੀਟਿੰਗ ਹੁੰਦੀ ਸੀ ਤਾਂ ਪੂਜਾ ਅਤੇ ਕਾਲਾ ਔਰ ਇਹਨਾਂ ਦੇ ਹੀ ਸਾਥੀ ਕਰਦੇ ਸੀ। ਇਹ ਤਗੜੇ ਹੋ ਕੇ ਕਾਂਗਰਸ ਪਾਰਟੀ ਦੇ ਨਾਲ ਸੋਨੀ ਸਾਹਿਬ ਦੇ ਕੰਮਾਂ ਦੇ ਨਾਲ ਅੱਜ ਜਿਹੜੀ ਡਿਵੈਲਪਮੈਂਟ ਦੇ ਕੰਮ ਸੋਨੀ ਸਾਹਿਬ ਨੇ ਕਰਾਏ ਨੇ ਲੋਕਾਂ ਦੇ ਸਾਹਮਣੇ ਰਹੇ ਔਰ ਅੱਜ ਲੋਕ ਸੋਨੀ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਸਾਰੀ ਪਾਰਟੀਆਂ ਵਾਲੇ ਅੱਜ ਉਹ ਸੋਨੀ ਸਾਹਿਬ ਦੇ ਨਾਲ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਜੁੜ ਰਹੇ ਨੇ। ਹੁਣ ਸਾਡੇ ਮਤਲਬ ਕਿ ਪੂਰਾ GT ਰੋਡ ਵਧੀਆ ਬਣੇ ਹੋਏ ਨੇ, 20-20 ਫੁੱਟ ਦੇ ਬਾਜ਼ਾਰ ਨੇ ਜਿਹੜੇ ਬਣਾਏ ਨੇ ਉਹਨਾਂ ਨੇ, ਵਾਟਰ ਸਪਲਾਈ ਸਾਰਾ ਸੀਵਰੇਜ ਦਾ ਓਕੇ ਆ, ਮਤਲਬ ਕਿ ਕੋਈ ਦਿੱਕਤ ਨਹੀਂ ਆ। ਜਿਹੜਾ ਥੋੜ੍ਹਾ ਬਹੁਤਾ ਇਸ ਕਲੋਨੀ 'ਚ ਹੈਗਾ ਉਹ ਅੱਜ ਭਾਅ ਜੀ ਸਾਡੇ ਨਾਲ ਵਾਅਦਾ ਕਰਕੇ ਚੱਲੇ ਆ ਕਿ ਮੈਂ ਮਹੀਨੇ ਡੇਢ ਮਹੀਨੇ ਜਿਹੜਾ ਕੰਮ ਆ ਸ਼ੁਰੂ ਕਰਵਾ ਦਾਂਗਾ। ਮੈਂ ਅੱਜ ਆਮ ਆਦਮੀ ਪਾਰਟੀ ਨਾਲ ਵੀ ਦੱਸ ਲਈ ਕਿਹਾ ਕਿ ਮੈਂ ਓਮ ਪ੍ਰਕਾਸ਼ ਸੋਨੀ ਜੀ ਔਰ ਵਿਕਾਸ ਜੀ ਦਾ ਕੰਮ ਵੇਖ ਕੇ ਕਿ ਜਿਹੜਾ ਅਸੀਂ ਪਾਰਟੀਆਂ ਤੋਂ ਕੰਮ ਚਾਹੁੰਦੇ ਹਾਂ ਉਹ ਸਾਡੇ ਬਿਨਾਂ ਕਹੇ, ਬਿਨਾਂ ਕਿਸੇ ਡਿਮਾਂਡ ਤੋਂ, ਸਾਡੇ ਮੰਗੇ ਬਗੈਰ ਉਹਨਾਂ ਨੇ ਸਾਨੂੰ ਸਾਰੇ ਕੰਮ, ਸਾਰੀ ਡਿਵੈਲਪਮੈਂਟ ਕਰਕੇ ਦਿੱਤੀ ਹੈ। ਇਸ ਕਰਕੇ ਮੈਂ ਅੱਜ ਉਹਨਾਂ ਦੇ ਨਾਲ ਸ਼ਾਮਿਲ ਹੋ ਕੇ ਉਹਨਾਂ ਦੀ ਹੈਲਪ ਕਰਕੇ ਲੋਕਾਂ ਦੀ ਜੋ ਮਦਦ ਹੈ, ਜੋ ਜ਼ਰੂਰਤ ਹੈ ਉਹ ਮੈਂ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਫਲ ਸਿਹਤਮੰਦ